ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਕਾਕਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਮਰੀਜ਼ ਕਈ-ਕਈ ਸਾਲਾਂ ਤੋਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਐ ਦਵਾਈਆਂ ਖਾ ਖਾ ਕੇ ਅੱਕ ਤੇ ਥੱਕ ਚੁੱਕੇ ਐ ਠੀਕ ਨਹੀਂ ਹੋ ਰਹੇ ਕਈ-ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਐ ਤਾਂ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਸੁਨਾਮ ਬਰੇਟਾ ਲਹਿਰਾ ਕਾਕਾ ਇਹ ਨੇੜੇ ਸ਼ਹਿਰ ਲੱਗਦੇ ਹਰ ਐਤਵਾਰ ਨੂੰ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਇਲਾਜ ਕਰਵਾ ਸਕਦੇ ਆ ਸੋ ਦੂਸਰੇ ਨੰਬਰ ਤੇ ਇੱਕ ਅਮਰਤਪਾਲ ਨਾਂ ਦਾ ਲੜਕਾ ਸਾਡੇ ਦਸਕੇ ਦਾ ਹੀ ਐ ਸਾਡੀ ਵਿਰੋਧੀ ਧਿਰ ਦਾ ਉਦੇ ਵੱਲੋਂ ਸਾਨੂੰ ਜਾਂ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਕਾਫੀ YouTube ਤੇ ਵੀਡੀਓ ਪਾ ਰਹੇ ਆ ਉਸ ਬੰਦੇ ਵੱਲੋਂ ਕਾਫੀ ਇਲਜ਼ਾਮ ਸਾਡੇ ਤੇ ਲਾਉਂਦਾ ਹੈ ਉਹਦੀ ਸਾਰੀਆਂ ਗੱਲਾਂ ਦੀ ਪੂਰੀ ਤਰ੍ਹਾਂ ਇਲਜ਼ਾਮਾਂ ਦੀ ਦਰਖਾਸਤਾਂ ਦੀ ਬਰੀਕੀ ਦੇ ਨਾਲ ਮਾਣਯੋਗ ਐਸਐਸਪੀ ਸੰਗਰੂਰ ਵੱਲੋਂ ਆਈਜੀ ਪਟਿਆਲਾ ਵੱਲੋਂ ਡਰੱਗ ਇਨਸਪੈਕਟਰ ਵੱਲੋਂ ਸਿਹਤ ਵਿਭਾਗ ਵੱਲੋਂ ਡੀਐਸਪੀ ਲਹਿਰਾ ਵੱਲੋਂ ਸਾਰੇ ਅਫਸਰ ਸਹਿਬਾਨਾਂ ਵੱਲੋਂ ਬਰੀਕੀ ਦੇ ਨਾਲ ਜਾਂਚ ਕਰਕੇ ਸਾਨੂੰ નિર્ਦੋਸ਼ ਠਹਿਰਾਇਆ ਉਸ ਬੰਦੇ ਨੂੰ ਗਲਤ ਤੇ ਉਸੇ ਆਰਟੀਆਈ ਤਹਿਤ ਆਪਾਂ ਫਿਰ ਮੌਨਿਕ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਸੀ ਮਾਣਹਾਨੀ ਦਾ ਇਸ ਅਮਰਤਪਾਲ ਬੰਦੇ ਤੇ ਤੇ ਕੋਰਟ ਵੱਲੋਂ ਆਪਣੀ ਫਰਿਆਦ ਨੂੰ ਸੁਣਦਿਆਂ ਹੋਇਆਂ 383 499 500 506 ਦੇ ਤਹਿਤ ਇਹਦੇ ਤੇ ਪਰਚਾ ਕੱਟਿਆ ਗਿਆ ਇਹਦੀਆਂ ਜ਼ਮਾਨਤਾਂ ਸੰਗਰੂਰ ਅਦਾਲਤ ਵੱਲੋਂ ਲਈਆਂ ਗਈਆਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਬਾਕੀ ਸਾਡੇ 10 ਕੇਚ ਵੀ ਇਹਦੇ ਨਾਲ ਦੇ ਜਾਂ ਇਹਦੇ ਵਰਗੇ ਕਈ ਹਲੇ ਹੈਗੇ ਆ ਜਿਹੜੇ ਸਾਡੇ ਦਵਾਖਾਨੇ ਨੂੰ ਬਦਨਾਮ ਕਰਦੇ ਆ ਗਲਤ ਗੱਲਾਂ ਕਰਦੇ ਆ ਉਸ ਬਾਰੇ ਜਿਵੇਂ ਐਤਵਾਰ ਨੂੰ ਕੋਈ ਮਰੀਜ਼ ਪੁੱਛਲੇ ਵੀ ਅਸੀਂ ਦਵਾਈ ਲੈਣ ਜਾਣਾ ਉਹਨੂੰ ਕਹਿਣਗੇ ਗਲਤ ਦਵਾਈ ਦਿੰਦੇ ਆ ਤਾਂ ਉਹਨਾਂ ਦੀ ਦਵਾਈ ਨਾਲ ਕੋਈ ਠੀਕ ਨਹੀਂ ਹੁੰਦਾ ਕਿਉਂਕਿ ਇੱਕ ਇੱਕ ਸਾੜ ਹੈ ਇੱਕ ਅਲਰਜੀ ਹੈ ਕਿਉਂਕਿ ਹਰ ਪਿੰਡ ਚ ਹੁੰਦੇ ਜਦੋਂ ਬੰਦਾ ਕੋਈ ਵਿਕਾਸ ਕਰਦਾ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਫਿਰ ਹਰ ਪਿੰਡ ਚ ਹੀ ਹੁੰਦੇ ਤਾਂ ਇਹ ਜਿਆ ਤੋਂ ਜ਼ਰੂਰ ਸੁਚੇਤ ਰਹਿਣੇ ਆਪਾਂ ਬਾਕੀ ਗੁਰੂ ਰਾਮਦਾਸ ਸਭ ਤੇ ਕਿਰਪਾ ਕਰਨ ਸੋ ਅੱਜ ਜਿਸ ਬਿਮਾਰੀ ਦੇ ਸੰਬੰਧ ਚ ਆਇਆ ਉਹ ਹੈ ਭੈਣਾ ਨਾਲ ਸੰਬੰਧਿਤ ਲੇਡੀਜ਼ ਰੋਗਾਂ ਦਾ ਲੇਡੀਜ਼ ਦੇ ਭੈਣਾ ਦੇ ਜਿੰਨੇ ਵੀ ਰੋਗ ਜਿਵੇਂ ਕਮਰ ਦੇ ਵਿੱਚ ਦਰਦ ਰਹਿੰਦਾ ਹੈ ਕੰਮ ਨੂੰ ਜੀ ਨਹੀਂ ਕਰਦਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਟੁੱਟਿਆ ਰਹਿੰਦਾ ਹੈ ਲੱਤਾਂ ਬਾਹਾਂ ਦੇ ਵਿੱਚ ਦਰਦ ਰਹਿੰਦੀ ਹੈ ਸਿਰ ਨੂੰ ਚੱਕਰ ਆਉਂਦੇ ਹੈ ਕਈ ਵਾਰੀ ਗਸ਼ੀਆਂ ਪੈਂਦੀਆਂ ਜਾਂ ਮੈਨਸ ਪੀਰੀਅਡ ਨੇ ਘਟ ਆਉਂਦੇ ਹੈ ਜਾਂ ਵਧ ਆਉਂਦੇ ਹੈ ਜਾਂ ਰੋਕ ਰੋਕ ਕੇ ਆਉਂਦੇ ਹੈ ਬੱਚੇਦਾਨੀ ਚ ਇਨਫੈਕਸ਼ਨ ਰਹਿੰਦਾ ਹੈ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਰਹਿੰਦਾ ਹੈ ਲੱਗ ਕੇ ਆਉਂਦਾ ਹੈ ਜਾਂ ਪਾਣੀ ਪੈਂਦਾ ਹੈ ਲਕੋਰੀਆ ਹੈ ਪੈਣਾ ਦੇ ਜਿੰਨੇ ਵੀ ਰੋਗ ਨੇ ਲੇਡੀਜ਼ ਦੇ ਉਹਨਾਂ ਸਾਰਿਆਂ ਰੋਗਾਂ ਦੀ ਇੱਕ ਦਵਾਈ ਇੱਕ ਨੁਕਸਾ ਝੋਲੀ 'ਚ ਪਾਉਣ ਲੱਗਿਆਂ ਕਦੇ ਭੈਣਾਂ ਨੂੰ ਲੇਡੀਜ਼ ਨੂੰ ਮੇਰੀਆਂ ਮਾਤਾਵਾਂ ਨੂੰ ਕਦੇ ਕੋਈ ਰੋਗ ਨਹੀਂ ਆਏਗਾ ਜੇ ਇਹ ਨੁਕਸਾ ਹਰ ਸਾਲ 'ਚ ਇੱਕ ਮਹੀਨਾ ਵਰਤਦਿਆਂ ਰਹਿਣਗੇ ਉਹ ਨੋਟ ਕਰ ਲਓ ਉਹਦੇ ਵਿੱਚ ਜਿਹੜਾ ਸਮਾਨ ਲੈਣਾ ਹੈ ਉਹ ਤੁਸੀਂ ਲੈਣਾ ਹੈ ਸੁਪਾਰੀਆਂ 50 ਗ੍ਰਾਮ ਸ਼ਤਾਵਰ 50 ਗ੍ਰਾਮ ਆਮਲਾ ਸੁੱਕਿਆ ਹੋਇਆ 50 ਗ੍ਰਾਮ ਨਾਗ ਕੇਸਰ 50 ਗ੍ਰਾਮ ਲੌਂਗ 50 ਗ੍ਰਾਮ ਚੰਦਨ 50 ਗ੍ਰਾਮ ਨਾਗਰ ਮੋਥਾ 50 ਗ੍ਰਾਮ ਧਨੀਆ ਬੀਜ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਸੁੰਡ 50 ਗ੍ਰਾਮ ਚਰਨਜੀ 50 ਗ੍ਰਾਮ ਮਿਰਤਕਲੀ ਬਲਕਿ ਕੁਸਤਾ ਕਲੀ 50 ਗ੍ਰਾਮ ਮਗਾ 50 ਗ੍ਰਾਮ ਮਨਕਾ 50 ਗ੍ਰਾਮ ਪਿਸਤਾ 50 ਗ੍ਰਾਮ ਤਜ 50 ਗ੍ਰਾਮ ਤਮਾਲ ਪੱਤਰ 50 ਗ੍ਰਾਮ ਇਲਾਚੀ ਛੋਟੀ 50 ਗ੍ਰਾਮ ਜੈਫਲ 50 ਗ੍ਰਾਮ ਸੰਘਾੜੇ 50 ਗ੍ਰਾਮ ਜਵੈਤਰੀ 50 ਗ੍ਰਾਮ ਤਵਾ ਸੀਰ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਮੂਸਲੀ ਕਾਲੀ 50 ਗ੍ਰਾਮ ਮੂਸਲੀ ਚਿੱਟੀ 50 ਗ੍ਰਾਮ ਅਕਰਕਰਾ ਇਰਾਨੀ 50 ਗ੍ਰਾਮ ਤੇ ਮੋਤੀ ਭਸਮ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਮਿਕਸੀਚ ਮਿਲਾ ਲਓ ਇੱਕ ਜਾਣ ਕਰ ਲਓ ਇੱਕ ਚਮਚਾ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਲੈਣਾ ਇੱਕ ਚਮਚਾ ਸ਼ਾਮ ਨੂੰ ਰੋਟੀ ਤੋਂ ਘੰਟਾ 2 ਘੰਟੇ ਪਹਿਲਾਂ ਦੁੱਧ ਨਾਲ ਲੈਣਾ ਤੇ ਉਸ ਦੁੱਧ 'ਚ ਅੱਧਾ ਕ ਚਮਚਾ ਦੇਸੀ ਘਿਓ ਪਾ ਲੈਣਾ ਮੈਂ ਗਰੰਟੀ ਨਾਲ ਦਾਅਵੇ ਨਾਲ ਸ਼ਟਾਮ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਸਾਲ ਚ ਇੱਕ ਮਹੀਨਾ ਇਹ ਨੁਕਤਾ ਵਰਤਣਾ ਜਨਵਰੀ ਚ ਵਰਤ ਲਓ ਫਰਵਰੀ ਚ ਵਰਤ ਲਓ ਦਸੰਬਰ ਚ ਵਰਤ ਲਓ ਸਿਆਲ ਦੇ ਵਿੱਚ ਇੱਕ ਮਹੀਨਾ ਵਰਤ ਲਓ ਜ਼ਿੰਦਗੀ ਚ ਕਦੇ ਲੇਡੀਜ਼ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਪੈਣਾ ਨੂੰ ਜਿੰਨੇ ਰੋਗ ਨੇ ਪੈਣਾ ਦੇ ਸਭ ਠੀਕ ਰਹਿਣਗੇ ਕਦੇ ਕੋਈ ਰੋਗ ਨਹੀਂ ਆਏਗਾ ਇਹ ਵਰਤਨਾ ਸਾਲ ਚ ਇੱਕ ਮਹੀਨਾ ਜਿਵੇਂ ਹਰ ਸਾਲ ਚ ਇੱਕ ਮਹੀਨਾ ਰੱਖ ਲਓ ਵੀ ਜਨਵਰੀ ਚ ਅਸੀਂ ਇਹ ਨੁਕਸਾ ਵਰਤ ਨਹੀਂ ਵਰਤਣਾ ਜਾਂ ਦਸੰਬਰ ਚ ਜਾਂ ਨਵੰਬਰ ਚ ਜਾਂ ਫਰਵਰੀ ਚ ਮਾਰਚ ਤੱਕ ਇਹਨਾਂ ਚ ਇੱਕ ਮਹੀਨਾ ਵਰਤਣਾ ਕਦੇ ਵੀ ਪੇਟਾਂ ਨੂੰ ਕੋਈ ਰੋਗ ਨਹੀਂ ਆਏਗਾ ਉਹਨਾਂ ਨਾਲ ਸੰਬੰਧਤ ਕਦੇ ਬੱਚੇਦਾਨੀ ਚ ਰਸੌਲੀਆਂ ਨਹੀਂ ਹੁੰਦੀਆਂ ਗੰਡਾ ਨਹੀਂ ਹੁੰਦੀਆਂ ਇਨਫੈਕਸ਼ਨ ਨਹੀਂ ਹੁੰਦਾ ਮਹੀਨਾ ਅੱਗੇ ਪਿੱਛੇ ਨਹੀਂ ਹੁੰਦਾ ਰੁਕਕੇ ਦਾ ਨਹੀਂ ਕਦੇ ਵੀ ਜੋ ਪੇਟਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਬਾਂਜਪਨ ਦੀ ਇਹ ਨਹੀਂ ਆਏਗੀ ਲੱਕ ਚ ਦਰਦ ਨਹੀਂ ਹੋਏਗਾ ਸਰੀਰ ਥੱਕਿਆ ਨਹੀਂ ਦਿਸੇਗਾ ਚਿਹਰਾ ਸਾਫ ਰਹੇਗਾ ਇਹ ਸਾਰੀਆਂ ਪ੍ਰੋਬਲਮਾਂ ਜਿੰਨੀਆਂ ਵੀ ਨੇ ਪੈਣਾ ਦੀ ਗਰੰਟੀ ਦੇ ਨਾਲ ਠੀਕ ਹੋ ਜਾਂਦੀਆਂ ਨੇ ਜ਼ਿੰਦਗੀ ਚ ਆਉਂਦੀਆਂ ਨਹੀਂ ਇਸ ਨੁਕਸੇ ਨੂੰ ਆਵਰਤੋ ਹੋਰਾਂ ਨੂੰ ਅੱਗੇ ਦੱਸੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਪੈਣਾ ਦੇ ਨਾਲ ਬੀਬੀਆਂ ਦੇ ਨਾਲ ਲੇਡੀਜ਼ ਦੇ ਜਿੰਨੇ ਵੀ ਰੋਗ ਨੇ ਗਾਰੰਟੀ ਦੇ ਨਾਲ ਅਸੀਂ ਇਲਾਜ ਕਰਦੇ ਆ ਬਹੁਤ ਘੱਟ ਸਮੇਂ ਵਿੱਚ ਜਿਨ੍ਹਾਂ ਨੂੰ 20 20 ਸਾਲ ਹੋ ਗਏ ਨੇ ਲੇਡੀਜ਼ ਪ੍ਰੋਬਲਮਾਂ ਚੱਲਦੀਆਂ ਨੂੰ ਪੈਣਾ ਨੂੰ ਰੋਗ ਲਕੋਰੀਆ ਹੈ ਮੈਨਸ ਪੀਰੀਡ ਆਂਦੀ ਹੈ ਦਰਦਾਂ ਦੀ ਹੈ ਜਿੰਨੇ ਵੀ ਪੈਣਾ ਦੇ ਰੋਗ ਨੇ ਸਾਰਿਆਂ ਦੇ ਗਾਰੰਟੀ ਦੇ ਨਾਲ ਇਲਾਜ ਅਸੀਂ ਦਸਕੇ ਪਿੰਡ ਚ ਕਰਦੇ ਆ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਇਲਾਜ ਗਰੰਟੀ ਨਾਲ ਕਰਵਾ ਸਕਦੇ ਹਾਂ ਤੁਹਾਡਾ ਸਬਦ ਦਾ ਧੰਨਵਾਦ ਜਿੰਨੇ ਜੁੜੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ